ਤਾਂ ਹੋਰ ਯਾਰ ਫਿਰ ਕੀ ਹਾਲ ਚਾਲ ਹੈ ਸਾਰੇ ਜਣਿਆਂ ਦਾ? ਤਾਂ ਅੱਜ ਨਾ ਆਪਣਾ ਕਾਲਜ ਦਾ ਜਿਹੜਾ ਚੌਥਾ ਸਮੈਸਟਰ ਉਹਦਾ ਪਹਿਲਾ ਦਿਨ ਆ, ਠੀਕ ਹੈ? ਅਤੇ ਆਪਾਂ ਚੱਲ ਰਹੇ ਹਾਂ ਕਾਲਜ ਨੂੰ, ਫਟਾਫਟ ਨਿਕਲਦੇ ਹਾਂ ਯਾਰ। ਬਾਕੀ ਹੁਣ ਨਾ ਕਿੰਨਾ ਟਾਈਮ ਹੋ ਗਿਆ, ਉਹ ਘੜੀ ਲੱਗ ਗਈ, ਹਾਂ 5 ਮਿੰਟ ਬਾਅਦ ਬੱਸ ਤੁਰਨੀ, ਆਰਾਮ ਨਾਲ ਪਹੁੰਚ ਜਾਵਾਂਗੇ। ਅਤੇ ਫਸਟ ਲੈਕਚਰ ਮੈਨੇ ਅੱਜ ਲਗਾਵਾਂਗੇ, ਅੱਜ ਮੈਂ ਲੇਟ ਨਹੀਂ ਹੋਣਾ ਪਹਿਲੇ ਪਹਿਲੇ ਦਿਨ। ਇੱਧਰ ਚੈੱਕ ਕਰੋ, ਨਵਾਂ ਨਵਾਂ ਗੇਟ ਖੋਲ੍ਹਦੇ ਹੋਏ, ਉਹ ਲੈ ਮੈਂ ਗਲਤ ਦਰਵਾਜ਼ੇ 'ਤੇ ਆ ਗਿਆ, ਸੋਰੀ ਸੋਰੀ ਸੋਰੀ, ਪਿੱਛੇ ਵਾਲਾ ਖੁੱਲ੍ਹਾ ਬੈਠਾ, ਪਿੱਛੇ ਵਾਲਾ ਵੀ ਕਿਤੇ ਬੰਦ ਨਾ ਹੋਵੇ, ਨਹੀਂ ਅੰਦਰੋਂ ਬੰਦ ਆ। ਵਾਓ, ਸੋ ਨਾਈਸ ਕਲਾਸ, ਹੈਲੋ ਹੈਲੋ ਹੈਲੋ, ਆਵਾਜ਼ ਗੂੰਜ ਰਹੀ ਹੈ, ਹੈਲੋ ਹੈਲੋ, ਹੁਣ ਉਹ ਵੀ ਖੋਲ੍ਹ ਲਈਏ ਜਾ ਕੇ, ਕਿਆ ਬਾਤ ਹੈ ਕਿਆ ਬਾਤ ਹੈ। ਓਹੋ, ਕਿਆ ਵਿਊ ਆਇਆ ਬਾਹਰ ਦਾ। ਬਾਕੀ ਯਾਰ ਮੈਂ ਹੁਣੇ ਹੁਣੇ ਨਾ ਕਾਲਜ ਦੀ ਇਸ ਸਾਈਡ 'ਤੇ ਆਇਆ, ਐਂਡ ਲੋਕੀ ਤਾਂ ਗੁਰੂ ਐਵੇਂ ਗੱਲਾਂ ਮਾਰਦੇ ਆ ਕਿ ਖੇਤਾਂ 'ਚ ਜਾਈਦਾ, ਮੋਟਰਾਂ ਵੇਖੀ ਦੀਆਂ, ਬੰਬੀ ਲੱਗੀ ਹੁੰਦੀ, ਸਾਡੇ ਕਾਲਜ 'ਚ ਬੰਬੀ ਲੱਗੀ ਹੈ। ਮੈਂ ਨਾ ਇੱਧਰ ਚੈੱਕ ਕਰੋ, ਖੇਤ ਬਣਾਏ ਪਏ ਕਾਲਜ 'ਚ, ਪਤਾ ਨਹੀਂ ਕੀ ਬੀਜਾ ਪਰ ਖੇਤ ਸੋਹਣੇ ਬਣੇ ਆ, ਵੇਖੋ ਆਹ ਕਿਆ ਬਾਤ ਹੈ, ਕੁਝ ਤਾਂ ਘੈਂਟ ਜਿਹਾ ਬੀਜਾ ਲੱਗ ਰਿਹਾ ਸਾਡੇ ਕਾਲਜ ਦੇ ਵਿੱਚ। ਹੁਣ ਇਹਦੇ ਵਿੱਚ ਕੀ ਬੀਜਿਆ ਇਹ ਤਾਂ ਮੈਂ ਸਰ ਤੋਂ ਪੁੱਛ ਕੇ ਦੱਸੂੰਗਾ, ਬਾਕੀ ਜੇ ਤੁਸੀਂ ਪਛਾਣ ਸਕਦੇ ਪਛਾਣ ਲਓ। ਆਹ ਕਿਆ ਵਿਊ ਹੀ ਬਾਬੇ, ਸਹੀ ਗੱਲ ਹੈ, ਵਿਊ ਬੜਾ ਪਿਆਰਾ ਇੱਥੇ, ਹੁਣ ਆਹ ਜਗ੍ਹਾ 'ਤੇ ਆਉਣ ਦਾ ਫਾਇਦਾ ਬਣ ਗਿਆ, ਵਿਊ ਬੜਾ ਸੋਹਣਾ ਹੋ ਗਿਆ ਵਾ। ਵੀ ਬੂਟੇ ਹੀ ਲੱਗਦੇ ਆ ਕੋਈ, ਮੇ ਬੀ ਕੋਈ ਫੁੱਲ ਫੁੱਲ ਜਿਹੀ ਆ ਕੋਈ, ਹੈ ਨਾ, ਵਧੀਆ ਹੈ। ਓਹ, ਆਪਣੇ ਦੋਸਤ ਵੀ ਆ ਜਾਣੇ ਇੱਧਰ, ਇਹੋ ਮੈਂ ਰਿਹਾ, ਮੈਂ ਇਕੱਲਾ ਹੀ ਆਇਆ ਕਾਲਜ 'ਚ, ਹੈ ਕੈਲੀਫੋਰਨੀਆ ਮੰਗਾਏ ਅਸੀਂ, ਕਾਲਜ ਮੰਗਾ ਲਿਆ, ਕਾਲਜ ਚ ਲਾਇਆ ਬੂਟੇ ਗੋਰੀਏ, ਤੇ ਕਿਤੇ ਆ ਕੇ ਸਾਡੇ ਕੋਲ ਖਾਈ ਗੋਰੀਏ, ਇੱਕ ਵਾਰ ਸਾਨੂੰ ਮਿਲ ਤੇ ਫਿਰ ਤੈਨੂੰ ਦੱਸਾਂਗੇ ਕੀ ਹੁੰਦਾ ਫੀਮ ਗੋਰੀਏ। ਚਲੋ ਠੀਕ, ਤੁਸੀਂ ਫੀਮ ਵੇਖੋ, ਮੈਂ ਕਲਾਸ 'ਚ ਜਾਣਾ। ਵੇਖਿਆ ਲੋਕਾਂ ਦਾ ਫੀਮ ਦੇ ਭਾਲਦੇ ਰਹਿੰਦੇ ਹੈ, ਪਰ ਨਹੀਂ ਕੋਈ ਬੂਟੇ ਲੱਗੇ ਵਧੀਆ ਜਿਹੇ ਲੱਗੇ, ਪਰ ਸੋਹਣੇ ਲੱਗਦੇ ਵੇਖਣ ਜਿਹੜੇ। ਮੈਂ ਇੱਧਰ ਚੱਲਾਂ ਕਲਾਸ ਵਾਲੀ ਯਾਰ, ਇੱਧਰ ਦੇਖੋ ਸਾਡੇ ਕਾਲਜ ਮੈਨੂੰ ਫੁਹਾਰਿਆਂ ਦੀ ਲੋੜ ਨਹੀਂ ਆ, ਫੁੱਟ ਉਹ ਕਿਹੜੇ ਆਰਟੀਫਿਸ਼ ਨਹੀਂ ਨਹੀਂ ਹੈਂਡਮੇਡ ਫੁਹਾਰੇ ਰੱਖੇ ਹੋਏ ਨੇ, ਜਿੱਥੇ ਜੀ ਕਰਦਾ ਉੱਥੇ ਲਾ ਲਈਦੇ ਆ। ਬਾਕੀ ਚਲੋ ਯਾਰ ਹੁਣ ਤਾਂ ਕਾਲਜ ਤੋਂ ਬਾਹਰ ਆ ਗਏ ਹਾਂ, ਕਿਉਂਕਿ ਅੱਜ ਨਾ ਬੱਚੇ ਬਹੁਤ ਘੱਟ ਸੀਗੇ ਅਤੇ ਲੈਕਚਰ ਵਗੈਰਾ ਵੀ ਤੁਹਾਨੂੰ ਪਤਾ ਹੀ ਫਿਰ ਕਿੰਨੇ ਕੁ ਲੱਗਣੇ ਸੀ, ਹੈ ਨਾ। ਅਤੇ ਅੱਜ ਤਾਂ ਵੇਖਣੇ ਮਾਹੌਲ ਚਾਲੀ ਕਾਲਜ ਦਾ ਕਿਵੇਂ ਦਾ, ਠੀਕ ਆ, ਠੰਡ ਵੀ ਬੜੀ ਆ ਅਤੇ ਸਾਡਾ ਕਾਲਜ ਵੀ ਲੁੱਟਿਆ ਪੁੱਟਿਆ ਪਿਆ, ਕਿਤੇ ਕੋਈ ਖੁਦਾਈ ਚੱਲਣ ਦੀ ਕਿਤੇ ਕੋਈ, ਮਤਲਬ ਸਾਡੇ ਕਾਲਜ ਵਾਲਿਆਂ ਨੂੰ ਕਿਸੇ ਨੇ ਕਹਿਤਾ ਕਿ ਇੱਥੇ ਨਾ ਖਜ਼ਾਨਾ ਦੱਬਿਆ, ਫਿਰ ਖੋਦ ਕਰ ਲਓ, ਨਹੀਂ ਮਜ਼ਾਕ ਕਰਨਾ, ਉਹ ਤਾਂ ਕੁਝ ਸਹੀ ਸੁਹੀ ਕਰਨੇ ਹੋਣਗੇ ਕੋਈ ਟੁੱਟਾ ਹੋਊਗਾ, ਹੈ ਨਾ। ਅਤੇ ਬਾਕੀ ਵਧੀਆ, ਚਲੋ ਕਾਲਜ ਰਿਪੇਅਰ ਹੋਣ ਦਿਆ ਥੋੜ੍ਹਾ ਥੋੜ੍ਹਾ। ਬਾਕੀ ਜਿਹੜੇ ਖੇਤੀ ਵਾਲਾ ਨਹੀਂ ਕੀਤਾ ਨਾ, ਮਤਲਬ ਬੂਟੇ ਲਾਏ ਵਧੀਆ ਜੇ, ਉਹ ਮੈਨੂੰ ਸਭ ਤੋਂ ਬੈਸਟ ਲੱਗਾ ਕੰਮ, ਕਿ ਵਧੀਆ ਹਰਿਆਲੀ ਹਰੁਲੀ ਕਰੋ, ਵੇਖਣ 'ਚ ਮਜ਼ਾ ਆਵੇ। ਮੇ ਬੀ ਜਿਵੇਂ ਅੱਜ ਤੋਂ ਸਾਲ ਕੁ ਬਾਅਦ, ਹੈ ਨਾ, ਉਹ ਜਦੋਂ ਬੂਟੇ ਵੱਡੇ ਹੋਣਗੇ ਉਹਨਾਂ ਨੂੰ ਫੋਟੋ ਖਿੱਚਣ 'ਚ ਕਿੰਨਾ ਵਧੀਆ ਲੱਗੂਗਾ, ਐਵੇਂ ਵਿੱਚ ਤੁਰਦੇ ਜਾਵਾਂਗੇ, ਪੈਲੀ ਉਹਨਾਂ ਦਾ ਰਾਜ ਬਣਾਏ, ਵੱਟਾਂ ਬਣਾਈ, ਹੈ ਨਾ, ਅਤੇ ਵਿੱਚ ਤੁਰਾਂਗੇ ਬੂਟਿਆਂ ਦੇ ਵਿੱਚ, ਕਿਆ ਬਾਤ ਕਿਆ ਬਾਤ। ਬਾਕੀ ਚਲੋ ਬੱਸ ਦਾ ਵੇਟ ਕਰਦੇ। ਤਾਂ ਚਲੋ ਯਾਰ ਹੁਣ ਨਾ 12:30 ਹੋਏ ਆ, ਤਾਂ ਆਪਾਂ ਘਰ ਪਹੁੰਚ ਚੁੱਕੇ ਹਾਂ, ਅਤੇ ਜੇਕਰ ਰੋਟੀ ਖਾਂਦੇ ਹਾਂ ਫਿਰ ਫਟਾਫਟ। ਬਾਕੀ ਤਾਂ ਅੱਜ ਦਾ ਦਿਨ ਠੀਕ ਠਾਕ ਹੀ ਸੀਗਾ, ਹਾਲੇ ਤਾਂ ਦਿਨ ਸ਼ੁਰੂ ਹੀ ਹੋਇਆ, ਠੀਕ ਠਾਕ ਤਾਂ ਕੀ ਹੋਣਾ, ਹੈ ਨਾ। ਬਾਕੀ ਯਾਰ ਸਭ ਤੋਂ ਪਹਿਲਾਂ ਆਪਾਂ ਹੁਣ ਘਰੇ ਰੋਟੀ ਖਾਵਾਂਗੇ, ਰੋਟੀ ਲੈ ਕੇ ਆਪਾਂ ਚੱਲੇ ਥੱਲੇ, ਗਾਜਰਾਂ ਬਣੀਆਂ, ਗਾਜਰਾਂ ਚੈੱਕ ਕਰੋ ਟੈਕਸਚਰ ਕਿੰਨਾ ਸੋਹਣਾ ਲੱਗ ਰਿਹਾ ਹੈ। ਹੁਣ ਤਾਂ ਘਰ ਆਇਆ ਨੂੰ ਕਾਫੀ ਚਿਰ ਹੋ ਗਿਆ, ਅਤੇ ਅੱਜ ਨਹੀਂ ਕੋਈ ਡੋਨੇਟ ਹੋਣ 'ਤੇ ਕੋਈ
ਮੈਂ ਮੂਵੀ ਵੇਖੂੰਗਾ ਬੈਠ ਕੇ ਆਰਾਮ ਨਾਲ ਇੱਥੇ। ਤਾਂ ਯਾਰ ਹੁਣ ਤਾਂ ਹੋ ਜਾਵੇ ਸ਼ਾਮ 4 ਵੱਜ ਗਏ ਆ, ਵੈਸੇ 4:15 ਹੀ ਹੋ ਗਏ ਆ, 4:15 ਮੈਂ ਘਰੋਂ ਤੁਰਿਆ ਹੈਗਾ, ਟਾਈਮ ਵੇਖਿਆ ਉਦੋਂ, ਅਤੇ ਰਸਤੇ ਜਿਹਾ ਮੈਂ 2 ਮਿੰਟ ਫਿਰ ਜਾਣਾ ਤੁਰ ਕੇ। ਵਧੀਆ ਮੈਂ ਧੁੱਦ ਵੀ ਹਟੀ ਨਹੀਂ ਅੱਜ ਵੈਸੇ ਪੂਰਾ ਦਿਨ, ਕੱਲ੍ਹ ਤਾਂ ਫਿਰ ਵੀ ਧੁੱਪ ਨਿਕਲ ਆਈ ਸੀ, ਅੱਜ ਬਿਲਕੁਲ ਵੀ ਧੁੰਦ ਨਹੀਂ ਹਟੀ, ਬਿਲਕੁਲ ਵੀ ਨਹੀਂ। ਇੰਨੀ ਕੀ ਸਵੇਰੇ ਸੀ, ਇੰਨੀ ਕੀ ਹੋਣ, ਵੇਖਣੇ ਹਾਂ। ਹਾਂ ਘੰਟੇ ਨੂੰ ਵੱਧ ਜ਼ਰੂਰ ਜਾਊਗੀ, ਚਲੋ ਪਹੁੰਚਦੇ ਆਪਾਂ। ਚੰਗਾ ਮੈਂ ਅੱਜ ਬੂਟ ਪਾ ਕੇ ਆ ਗਿਆ, ਅੱਗੇ ਮੈਂ ਚੱਪਲਾਂ 'ਚ ਪਾ ਕੇ ਆ ਜਾਂਦਾ, ਮੈਂ ਕੋਈ ਨਾ ਲਾ ਲਾਂਗੇ ਯਾਰ, ਫਿਰ ਬੰਨਣੇ ਪੈਣਗੇ 2 ਵਜੇ ਤਸਮੇ ਕੀ ਚੱਲਿਆ। ਚਲੋ ਬਾਕੀ ਯਾਰ ਹੁਣ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਹਾਂ, ਅਤੇ ਮੈਂ ਨਾ ਦੇਖਿਆ ਕਿ ਤਿਆਰੀ ਬੜੀ ਵਧੀਆ ਚੱਲਦੀ, ਹੁਣ ਮੇਲਾ ਤੁਹਾਨੂੰ ਪਤਾ 10 ਦਿਨ ਰਹਿ ਗਏ ਸਾਰੇ, ਅਤੇ ਤਿਆਰੀ ਬੜੀ ਸੋਹਣੀ ਚੱਲਦੀ, ਗੇਟ 'ਤੇ ਨਾ ਨਿਕਾਸ਼ੀ ਵੀ ਬੜੀ ਸੋਹਣੀ ਕਰ ਰਹੇ ਆ, ਪੱਥਰ ਵਗੈਰਾ ਲਾ ਕੇ, ਤੁਹਾਨੂੰ ਮੈਂ ਆਉਂਦੇ ਵੇਲੇ ਨਾ ਜਦੋਂ ਵਾਪਸ ਜਾਂਦੇ ਹੋ ਨਾ ਤੁਹਾਨੂੰ ਦਿਖਾਊਗਾ, ਬੜਾ ਸੋਹਣਾ ਲੱਗ ਜਾਂਦਾ ਅੰਦਰੋਂ ਗੇਟ, ਬੜਾ ਹਾਲੇ ਬਣਿਆ ਨਹੀਂ, ਲੱਗਦਾ ਸ਼ੁਰੂ ਹੋਇਆ ਬਣਨਾ, ਪਰ ਮੈਂ ਵੀ 10 ਦਿਨਾਂ 'ਚ ਵਧੀਆ ਇੱਕਦਮ ਬਣਾ ਕੇ ਪੂਰਾ ਕਰ ਦੇਣਗੇ। ਅਤੇ ਉਹ ਜਿਹੜਾ ਪੱਥਰ ਦੀ ਕੁਆਲਿਟੀ ਕਰਨੀ, ਲਾਲ ਜਿਹੇ ਰੰਗ ਦਾ, ਬੜਾ ਸੋਹਣਾ ਲੱਗਦਾ, ਤੁਹਾਨੂੰ ਦਿਖਾਊਗਾ ਹੁਣ ਜਾਂਦੇ ਵੇਲੇ। ਇੱਧਰ ਵੇਖੋ ਬਣਾਉਣ ਵਾਲੇ ਲੱਗੇ ਹੋਏ ਕਿੱਦਾਂ, ਹੈ ਨਾ, ਤਿਆਰੀਆਂ ਸਟਾਰਟ ਆ। ਇੱਥੇ ਤਾਂ ਲੈ ਨਾ ਲੰਗਰ ਵਾਲਾ, ਉਹ ਵੀ ਬੋਰਡ ਵੀ ਲਾਤਾ ਚਾਹ ਪਕੌੜੇ, ਇੱਥੇ ਅੱਗੇ ਹੀ ਵੇਖਿਆ ਹੋਵੇ, ਉੱਥੇ ਲੱਗਾ ਆ, ਇੱਥੇ ਲੱਗਾ ਹੋਇਆ ਚਾਹ ਪਕੌੜੇ ਦਾ ਬੋਰਡ, ਸਾਈਨ ਵੀ ਲਾਤਾ ਵਾ, ਹੈ ਮਿਲਣ ਹੋਏ ਵੈਸੇ 10 ਦਿਨ ਪਰ ਲੱਗ ਗਿਆ ਸਾਈਨ, ਵਾਹ ਕਿਆ ਬਾਤ ਆ। ਵੈਸੇ ਤੁਸੀਂ ਸਾਰੇ ਜਣੇ ਨਾ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਕਿ ਆਪਾਂ ਪੂਰਾ ਮੇਲਾ ਕਵਰ ਕਰੀਏ, ਮਤਲਬ ਤਿਆਰੀ ਤੋਂ ਸ਼ੁਰੂ ਤੋਂ ਲੈ ਕੇ, ਜਿਵੇਂ ਤਿਆਰੀਆਂ ਹੁਣ ਸਟਾਰਟ ਹੋ ਗਈਆਂ ਤਾਂ ਇੱਥੋਂ ਸ਼ੁਰੂ ਤੋਂ ਤਿਆਰੀਆਂ ਤੋਂ ਲੈ ਕੇ ਐਂਡ ਤੱਕ ਦੇ ਵਲੋਗ ਸਾਰੇ ਆਪਾਂ ਜੇਕਰ ਕਵਰ ਕਰੀਏ, ਅਤੇ ਜਿਹੜਾ ਸਪੋਰਟ ਵਿਖਾਓ ਕਿ ਨਹੀਂ, ਤੁਸੀਂ ਕਮੈਂਟ 'ਚ ਜ਼ਰੂਰ ਦੱਸਣਾ ਇਸ ਗੱਲ ਨੂੰ, ਬਾਕੀ ਆਪਾਂ ਉਹਨੂੰ ਮੱਥਾ ਟੇਕ ਚੁੱਕਦੇ ਹਾਂ। ਉਹ ਮੇਰੇ ਖਿਆਲ ਨਾਲ ਪੱਤੇ ਪੁੱਤੇ ਲੈ ਕੇ ਜਾਣੇ ਸੀ, ਬਾਲਣ ਹੁਣ ਬਾਲਣ ਵਗੈਰਾ ਲੈ ਕੇ ਜਾਂਦੇ, ਉੱਥੇ ਪਿੱਛੇ ਪਿੱਛੇ ਡਿੱਗੀ ਜਾਂਦੇ ਲੱਗਦਾ ਥੋੜ੍ਹੇ ਥੋੜ੍ਹੇ। ਚਲੋ ਉਹ ਕਲੀ ਵਾਲੇ ਲੱਗੇ, ਪੂਰਾ ਗੁਰਦੁਆਰਾ ਇੱਕਦਮ ਕਲੀ ਕਰ ਚੁੱਕੇ, ਵੈਸੇ ਥੋੜ੍ਹੇ ਹੀ ਰਹਿ ਗਿਆ ਹੁਣ, ਵਾਹਵਾ ਹੀ ਮਹੀਨੇ ਤੋਂ ਉੱਤੇ ਦੇ ਲੱਗੇ ਹੋਏ ਆ, ਉਹ ਬੈਰੀਅਰ ਆ ਗਏ ਸਰ ਜੀ, ਅਵੇ ਕਲੀ ਵਾਲੇ ਲੱਗੇ ਹੋਏ ਆ। ਚਲੋ ਹੁਣ ਮੈਂ ਪਿਛਰੋਲ ਵਾਲੀ ਸਾਈਡ 'ਤੇ ਆ ਗਿਆ, ਅਤੇ ਪੰਜ ਛਣਾ ਕਰਕੇ ਫਿਰ ਮੱਥਾ ਟੇਕ ਕੇ ਚੱਲਦੇ ਹਾਂ। ਬਾਕੀ ਉਹ ਤਾਂ ਦੇਖੋ ਲਾਈਟਾਂ ਵਗੈਰਾ ਲੱਗ ਰਹੀਆਂ ਨੇ, ਲੋਕ ਚੜ੍ਹੇ ਹੋਏ ਨਾ ਛੱਤ 'ਤੇ, ਲਾਈਟਾਂ ਵੀ ਲਾਤੀਆਂ ਸਾਰੀ ਜਗ੍ਹਾ 'ਤੇ, ਮਤਲਬ ਤਿਆਰੀ ਪੂਰੀ ਜ਼ੋਰਾਂ ਸ਼ੋਰਾਂ 'ਤੇ ਹੋ ਹੀ ਚੱਲੀ, ਬਸ ਥੋੜ੍ਹੀ 2-4 ਦਿਨ 'ਚ ਹੋ ਜਾਣਾ ਸਰ ਕੁਝ। ਉਹ ਆਹ ਦੇਖੋ ਆਲੇ ਪੱਥਰ ਦੀ ਗੱਲ ਕਰਦੇ ਹਾਂ। ਬਾਕੀ ਯਾਰ ਤੁਸੀਂ ਉੱਥੇ ਗੇਟ ਦੇ ਲਾਗੇ ਦੇਖਿਆ ਹੈਗਾ ਕਿ ਥੱਲੇ ਥੱਲੇ ਜਿਹੇ ਹੋਏ ਸੀ ਪੱਥਰ ਲੱਗੇ ਹੋਏ, ਕਿੰਨਾ ਮਤਲਬ ਉਹ ਦੱਸਣੇ ਹਾਂ ਕਿ ਉਹ ਬੜੇ ਪਿਆਰੇ ਜਿਹੇ ਸੀ। ਬਾਕੀ ਹੁਣ ਮੈਂ ਚੱਲਦਾ ਘਰ ਨੂੰ, ਧੁੰਦ ਡਿੱਗਣੀ ਸ਼ੁਰੂ ਹੋ ਗਈ ਹੈ, ਫਟਾਫਟ ਪਹੁੰਚਦੇ ਹਾਂ। ਤਾਂ ਲਓ ਯਾਰ ਹੁਣ ਤਾਂ ਆਪਾਂ ਆ ਗਏ, ਤਾਂ ਰਾਤ ਹੋ ਗਈ ਹੈ, ਅਤੇ ਹੁਣ ਆਪਾਂ ਖਾਣ ਲੱਗੇ ਰੋਟੀ, ਆਹ ਸਾਡੇ ਸਵੇਰ ਦੀਆਂ ਬਚੀਆਂ ਗਾਜਰਾਂ ਨੇ ਨਾਲ ਹੈ, ਗੰਢਾ ਦੇ ਨਾਲ ਹੈਗੀ ਆਪਣੇ ਦਾਲ, ਅਤੇ ਉਹ ਕਿਆ ਬਾਤ, ਭਾਫਾਂ ਨਿਕਲ ਰਹੀਆਂ ਨੇ ਦਾਲ ਦੇ ਵਿੱਚੋਂ, ਇੱਕ ਚੈੱਕ ਕਰੋ, ਅਤੇ ਮੈਂ ਹੁਣ ਰੋਟੀ ਖਾਂਦਾ, ਫਿਰ ਮਿਲਦੇ ਹਾਂ।